ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਚ ਕੋਰੋਨਾ ਲਾਕਡਾਊਨ ਬੰਦ ਦੌਰਾਨ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਪਿੰਡ ਕਾਲਰੂ ਚ 80 ਸਾਲਾਂ ਮਹਿਲਾ ਦੇ ਕਤਲ ਕਰਨ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਸਰਕਾਰ ਦੇ ਵੱਲੋਂ ਮਿਲਣ ਵਾਲੀ ਬੁਢਾਪਾ ਪੈਨਸ਼ਨ ਦੇ ਕੁਝ ਰੁਪਏ ਪਾਉਣ ਦੇ ਲਈ ਇਸ ਬਜ਼ੁਰਗ ਔਰਤ ਦੀ ਬੇਰਹਿਮੀ ਨਾਲ ਕਤਲ ਕਰਕੇ ਉਸ ਨੂੰ ਮੱਕੀ ਦੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ ਅਤੇ 8 ਘੰਟਿਆਂ ਦੇ ਅੰਦਰ ਅੰਦਰ ਇਸ ਕਤਲ ਦੀ ਗੁੱਥੀ ਸੁਲਝਾ ਕੇ DSP ਡਿਵੀਜ਼ਨ ਸੁਲਤਾਨਪੁਰ ਲੋਧੀ ਸਵਰਨ ਸਿੰਘ ਬਲ ਨੇ ਪ੍ਰੈਸ ਕਾਨਫਰੰਸ ਸਾਹਮਣੇ ਕੀ ਕਿਹਾ ਤੁਸੀਂ ਆਪ ਹੀ ਦੇਖੋ। ਇਹ ਕਤਲ ਬਾਵੀ ਨਾਂ ਦੀ ਔਰਤ ਹੈਗੀ ਆ, ਪਿੰਡ ਕਾਲੜੂ ਨੂੰ ਬਿਲੋਂਗ ਕਰਦੇ ਆ, ਬਜ਼ੁਰਗ ਔਰਤ ਸੀ। ਇਹ 18 ਤਰੀਕ ਨੂੰ ਬੈਂਕ ਦੇ ਵਿੱਚੋਂ ਪੈਸੇ ਕਢਵਾਉਣ ਗਏ ਸੀ ਅਤੇ ਇਹ ਘਰ ਨਹੀਂ ਆਏ। ਇਹ ਆਪਣੇ ਤੌਰ 'ਤੇ ਘਰੇਲੂ ਜਿਹੜੇ ਇਹਨਾਂ ਦੇ ਮੈਂਬਰ ਸੀ ਉਹ ਲੱਭਦੇ ਰਹੇ। ਕੱਲ੍ਹ ਇਹਨਾਂ ਨੇ ਸ਼ਾਮ ਨੂੰ ਪੁਲਿਸ ਨੂੰ ਇਤਲਾਹ ਦਿੱਤੀ ਸੀ ਵੀ ਇਸ ਤਰ੍ਹਾਂ ਲੇਡੀਜ਼ ਨਹੀਂ ਲੱਭਦੇ। ਉਸ 'ਤੇ ਸਾਡੇ ਸੁਲਤਾਨਪੁਰ ਪੁਲਿਸ ਵੱਲੋਂ ਇੰਸਪੈਕਟਰ ਸਰਬਜੀਤ ਸਿੰਘ ਦੀ ਨਾਲ ਗਸ਼ਤ ਪਾਰਟੀ ਨੇ ਉੱਥੇ ਮੌਕੇ 'ਤੇ ਗਏ ਅਤੇ ਤਲਾਸ਼ ਕੀਤੀ। ਇਹਦੀ ਜਿਹੜੀ ਡੈੱਡ ਬੋਡੀ ਮਿਲੀ ਸੀ ਮੱਕੀ ਦੇ ਖੇਤ ਦੇ ਵਿੱਚੋਂ, ਫਿਰ ਇਹ 'ਤੇ FIR 151 ਨੰਬਰ 302 ਦੀ ਦਰਜ ਕੀਤੀ ਗਈ। ਇਹ ਬਲਾਈਂਡ ਮਰਡਰ ਸੀ ਅਤੇ ਕਰੀਬ 18 ਘੰਟਿਆਂ ਦੇ ਵਿੱਚ ਇਹ ਪੁਲਿਸ ਨੇ ਇਹਨੂੰ ਟਰੇਸ ਕਰ ਲਿਆ ਹੈਗਾ। ਇਹਦੇ ਵਿੱਚ 3 ਦੋਸ਼ੀ ਨੌਜਵਾਨ ਜਿਹੜੇ ਉਹ ਕੋਈ ਕਾਲਰੂ ਪਿੰਡ ਦੇ ਹੀ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ। ਇਹ ਸਰ ਜਿਹੜਾ ਕਤਲ ਹੋਇਆ ਕਾਰਨ ਕਾਹਦੇ ਵਾਸਤੇ ਕਤਲ ਹੋਇਆ? ਇਹ ਕਾਰਨ ਇਹ ਸੀ, ਬੈਂਕ 'ਚੋਂ ਆਈ ਸੀ ਅਤੇ ਕੋਈ ਕਾਪੀ ਇੱਧਰ ਸੀ ਬੈਂਕ ਦੀ ਅਤੇ ਉਹ ਜਿਹੜੇ ਇਹ ਨੌਜਵਾਨ ਸੀ ਇਹਨਾਂ ਦੇ ਮਨ ਦੇ ਵਿੱਚ ਸੀ ਵੀ ਇਹਦੇ ਕੋਲ ਪੈਸੇ ਹੋਣੇ ਆ ਕਾਫੀ। ਉਸ ਵਿੱਚ ਇਹਦਾ ਲਾਲਚ ਵਿੱਚ ਆ ਕੇ ਇਹਨਾਂ ਦਾ ਚੁੰਨੀ ਨਾਲ ਗਲਾ ਘੁੱਟ ਦਿੱਤਾ। ਕੋਈ ਕ੍ਰਿਮੀਨਲ ਰਿਕਾਰਡ ਵੀ ਹੈਗਾ ਜੀ ਇਹਨਾਂ ਕੋਲ? ਨਹੀਂ, ਇਹਨਾਂ ਦਾ ਹਾਲ ਕ੍ਰਿਮੀਨਲ ਇਹੋ ਜਿਹਾ ਕੋਈ ਰਿਕਾਰਡ ਨਹੀਂ ਹੈਗਾ ਕਿ ਇਹਨਾਂ ਨੇ ਪਿਛਲਾ ਰਿਕਾਰਡ ਨਹੀਂ। ਸਰ ਸਾਰੇ ਦੋਸ਼ੀ ਕਾਬੂ ਆ ਚੁੱਕੇ? ਹਾਂਜੀ, 3 ਦੋਸ਼ੀ ਕਾਬੂ ਆ ਚੁੱਕੇ ਆ। ਠੀਕ ਹੈ।